ਕੋਰੀਡੋਰ ਤੇ ਪਾਬੰਦੀ ਲੱਗੇ ਹੋਣ ਦੇ ਬਾਵਜੂਦ ਇਹ ਬਾਜ਼ਾਰਾਂ ਦੇ ਵਿੱਚ ਧੜੱਲੇ ਦੇ ਨਾਲ ਵਿਕ ਰਹੀ ਹੈ। ਜਿੱਥੇ ਇਸ ਖਤਰਨਾਕ ਦੌਰ ਦੇ ਨਾਲ ਕਈ ਲੋਕ ਜ਼ਖਮੀ ਹੋ ਰਹੇ ਨੇ, ਉੱਥੇ ਹੀ ਕਈਆਂ ਨੂੰ ਆਪਣੀ ਜਾਨ ਤੱਕ ਗਵਾਉਣੀ ਪੈ ਰਹੀ ਹੈ। ਇਸੇ ਹੀ ਖਤਰਨਾਕ ਚਾਈਨਾ ਡੋਰ ਦਾ ਸ਼ਿਕਾਰ ਹੁਣ ਇੱਕ ਪੁਲਿਸ ਮੁਲਾਜ਼ਮ ਹੋਇਆ। ਮਾਮਲਾ ਸਮਰਾਲਾ ਦਾ ਹੈ, ਜਿੱਥੇ ਇੱਕ ਪੁਲਿਸ ਮੁਲਾਜ਼ਮ ਆਪਣੀ ਐਕਟਿਵਾ ਤੇ ਸਵਾਰ ਹੋ ਕੇ ਬਾਜ਼ਾਰ ਜਾ ਰਿਹਾ ਸੀ ਤਾਂ ਅਚਾਨਕ ਚਾਈਨਾ ਡੋਰ ਉਸਦੇ ਗਲੇ 'ਚ ਫਿਰ ਗਈ, ਜਿਸ ਕਾਰਨ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਮੇਰੇ ਹਸਬੈਂਡ ਨਾ ਕੱਲ੍ਹ ਬਾਜ਼ਾਰ ਜਾ ਰਹੇ ਸੀਗੇ ਅਤੇ ਰਸਤੇ 'ਚ ਨਾ ਚਾਈਨਾ ਡੋਰ ਇਹਨਾਂ ਨੇ ਗਲਾ ਕੱਟਤਾ ਅਤੇ ਬਹੁਤ ਮਤਲਬ ਸੀਰੀਅਸ ਇੰਜਰੀ ਹੋਈ ਹੈ ਇਹਨਾਂ ਦੇ, ਅਤੇ ਮਤਲਬ ਸਰਕਾਰ ਨੂੰ ਚਾਹੀਦਾ ਕਿ ਇਹਨੂੰ ਬੈਨ ਕਰਨਾ ਚਾਹੀਦਾ। ਕੱਲ੍ਹ ਸਕੂਟਰ 'ਤੇ ਸ਼ਾਮੀ ਜਾ ਰਿਹਾ ਸੀ ਅਤੇ ਜਿਹੜੀ ਇਹ ਕੋਈ ਚਾਈਨਾ ਡੋਰ ਕਹਿੰਦੇ ਇਹਦੇ ਗਲੇ ਦੇ ਵਿੱਚ ਫਿਰ ਗਈ, ਉਹਦੇ ਨਾਲ ਇਹਦਾ ਗਲਾ ਕੱਟਿਆ ਗਿਆ। ਇਹ ਬਚਾਅ ਹੋ ਗਿਆ ਜੀ, ਹੁਣ ਠੀਕ ਆ, ਸੇਫ ਆ ਬੱਚਾ? ਹਾਂ, ਵੇਲੇ ਸਿਰ ਹੋਸਪਿਟਲ ਲਿਆਉਣ ਦੇ ਨਾਲ ਇਹਦਾ ਬਚਾਅ ਹੋ ਗਿਆ। ਉਸ ਵੇਲੇ ਤਾਂ ਬਹੁਤ ਖੂਨ ਦੇ ਵਿੱਚ ਲੱਤ ਪੱਤ ਸੀ, ਜਦੋਂ ਇਹਦੇ ਜ਼ਖਮ ਮਤਲਬ ਦੇਖਿਆ ਤਾਂ ਗਰਦਨ ਦੀਆਂ ਕੱਟਣ ਚਮੜੀ ਦੇ ਹੇਠਾਂ ਖੂਨ ਦੀਆਂ ਨਾੜਾਂ, ਪੱਠੇ ਔਰ ਸਾਹ ਦੀ ਨਾਲੀ, ਟ੍ਰਿਕੀਆ ਕਹਿੰਦੇ ਜਿਹਨੂੰ, ਉਹਦੇ ਉੱਤੇ ਵੀ ਮਤਲਬ ਟੱਕ ਲੱਗ ਗਿਆ ਸੀ। ਦੱਸਦੇ ਕਿ ਰੋਜ਼ਾਨਾ ਹੀ ਚਾਈਨਾ ਡੋਰ ਦੇ ਨਾਲ ਹਾਦਸੇ ਵਾਪਰ ਰਹੇ ਨੇ, ਪਰ ਪ੍ਰਸ਼ਾਸਨ ਗਹਿਰੀ ਨੀਂਦ ਸੁੱਤਾ ਪਿਆ। ਇੰਨੇ ਹਾਦਸੇ ਹੋਣ ਦੇ ਬਾਵਜੂਦ ਪ੍ਰਸ਼ਾਸਨ ਇਹਨਾਂ ਲੋਕਾਂ ਦੇ ਖਿਲਾਫ ਸਖ਼ਤ ਐਕਸ਼ਨ ਕਿਉਂ ਨਹੀਂ ਲੈ ਰਿਹਾ, ਇਹ ਇੱਕ ਵੱਡਾ ਸਵਾਲ ਹੈ। ਸਮਰਾਲਾ ਤੋਂ ਵਰੁਣ ਕੌਸ਼ਲ, ਦੈਨਿਕ ਸਵੇਰਾ ਟੀਵੀ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ, 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰਾਮਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ, ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, ਪੀਆਰ, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।